ਕਿਤੇ ਨਾ ਕਿਤੇ ਕਿਰਦਾਰਾਂ 'ਚ ਕਮੀ ਆ ਗਈ। ਸਾਨੂੰ ਇਹ ਲੱਗਦਾ ਹੁੰਦਾ ਵੀ ਹਾਂ ਵੀ ਸਾਰਾ ਕੁਛ ਸਾਡੇ ਕੋਲ ਹੀ ਆ ਜਾਵੇ, ਅਤੇ ਬੰਦੇ ਨੂੰ ਜੀਣ ਲਈ ਬਹੁਤੇ ਪੈਸੇ ਦੀ ਜ਼ਰੂਰਤ ਨਹੀਂ ਹੁੰਦੀ ਜਿੰਨੇ ਸਾਡੇ ਪੋਲੀਟੀਸ਼ੀਅਨ ਬਿਊਰੋਕਰੈਟ ਇਕੱਠੇ ਕਰਨ ਲੱਗ। ਜਿੱਥੇ ਵੀ ਮੈਨੂੰ ਕਹਿਣਗੇ, ਕਿਉਂਕਿ ਮੈਂ ਔਰਗਨਾਈਜੇਸ਼ਨ 'ਚ ਵੀ ਹੈਗਾ, ਜੇ ਔਰਗਨਾਈਜੇਸ਼ਨ 'ਚ ਕਹਿਣਗੇ ਚੰਗੇ ਕਿਰਦਾਰ ਅੱਗੇ ਲੈ ਕੇ ਆਵਾਂਗੇ, ਜੇ ਇਹਦੇ ਵਿੱਚ ਮਿਲ ਗਈ ਤਾਂ ਸਰਕਾਰ ਦੇ ਵਿੱਚ ਕੰਮ ਵੀ ਕਰਾਂਗੇ। ਬੇਅਦਬੀਆਂ ਦਾ ਇਸ਼ੂ ਮੇਨ ਹੈਗਾ, ਕਿਉਂਕਿ ਜਿਹਨੂੰ ਬਹੁਤ ਕੋਰਟਾਂ ਦੇ ਵਿੱਚ ਉਲਝਾਇਆ ਗਿਆ ਜੀ, ਔਰ ਬਿਜਲੀ ਦੇ ਸਮਝੌਤੇ ਹੈਗੇ ਆ, ਡਰੱਗਸ ਦੇ ਇਸ਼ੂ ਹੈਗੇ ਆ, ਲੋਕਾਂ ਨੂੰ ਕੰਮ ਪਿਆਰਾ ਆ, ਚੰਮ ਪਿਆਰਾ ਨਹੀਂ ਹੈਗਾ। ਸੋ ਵੀ ਆਰ ਵੈਲ ਅਵੇਅਰ, ਔਰ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਇਸ ਗੱਡੀ ਨੂੰ ਲਾਈਨ 'ਤੇ ਲਿਆ ਕੇ ਅਤੇ ਆਉਣ ਵਾਲੇ 90 ਦਿਨਾਂ ਦੇ ਵਿੱਚ ਤੁਸੀਂ ਬਦਲਾਅ ਜ਼ਰੂਰ ਦੇਖੋ। ਦੇਖੋ ਮੈਂ ਤਾਂ 15-20 ਦਿਨਾਂ ਬਾਅਦ ਜ਼ਰੂਰ ਆਉਣਾ ਹੁੰਦਾ, ਕਿਉਂਕਿ ਇਹ ਤਾਂ ਉਸ ਜਗ੍ਹਾ 'ਤੇ ਆਏ ਹਾਂ ਜਿੱਥੇ ਉਹਨਾਂ ਨੇ ਸਾਰਾ ਕੁਛ ਹੀ ਇਸ ਇਨਸਾਨੀਅਤ ਲਈ ਔਰ ਸਿੱਖੀ ਲਈ ਵਾਰ ਦਿੱਤਾ। ਸੋ ਮੈਨੂੰ ਲੱਗਦਾ ਵੀ ਸਕੂਨ ਆਉਂਦਾ ਜਦੋਂ ਇੱਥੇ ਆਉਂਦੇ। ਮੈਂ ਅਲੱਗ ਅਲੱਗ ਫੀਲਡ ਦੇ ਵਿੱਚ, ਮੈਂ ਪੁਲਿਸ ਔਫਿਸਰ ਵੀ ਰਿਹਾ ਹੈਗਾ, ਮੈਂ ਸਪੋਰਟਸ ਪਰਸਨ ਵੀ ਰਿਹਾ ਹੈਗਾ, ਡਾਇਰੈਕਟਰ ਸਪੋਰਟਸ ਵੀ ਰਿਹਾ। ਸੋ ਜਿੱਥੇ ਵੀ ਦੇ ਦੇਣਗੇ, ਕਿਉਂਕਿ ਬੇਸਿਕ ਗੱਲ ਸਮਝ ਆਉਂਦੀ ਹੁੰਦੀ ਆ, ਬਾਕੀ ਤੁਹਾਡੀ ਨੀਤ ਦੀ ਗੱਲ ਹੁੰਦੀ ਆ, ਕਿਉਂਕਿ ਦੁਨੀਆ ਦੇ ਉੱਤੇ ਇੰਟੈਲੀਜੈਂਸੀ ਆ ਘਟਿਆ ਨਹੀਂ ਹੈ, ਵਧਿਆ, ਲੇਕਿਨ ਕਿਤੇ ਨਾ ਕਿਤੇ ਕਿਰਦਾਰਾਂ 'ਚ ਕਮੀ ਆ ਗਈ। ਸਾਨੂੰ ਇਹ ਲੱਗਦਾ ਹੁੰਦਾ ਵੀ ਹਾਂ ਵੀ ਸਾਰਾ ਕੁਛ ਸਾਡੇ ਕੋਲ ਹੀ ਆ ਜਾਵੇ, ਅਤੇ ਬੰਦੇ ਨੂੰ ਜੀਣ ਲਈ ਬਹੁਤੇ ਪੈਸੇ ਦੀ ਜ਼ਰੂਰਤ ਨਹੀਂ ਹੁੰਦੀ ਜਿੰਨੇ ਸਾਡੇ ਪੋਲੀਟੀਸ਼ੀਅਨ ਬਿਊਰੋਕਰੈਟ ਇਕੱਠੇ ਕਰਨ ਲੱਗ। ਇੱਥੇ ਵੀ ਮੈਨੂੰ ਕਹਿਣਗੇ, ਕਿਉਂਕਿ ਮੈਂ ਔਰਗਨਾਈਜੇਸ਼ਨ 'ਚ ਵੀ ਹੈਗਾ, ਜੇ ਔਰਗਨਾਈਜੇਸ਼ਨ 'ਚ ਕਹਿਣਗੇ ਚੰਗੇ ਕਿਰਦਾਰ ਅੱਗੇ ਲੈ ਕੇ ਆਵਾਂਗੇ, ਜੇ ਇਹਦੇ ਵਿੱਚ ਮਿਲ ਗਈ ਤਾਂ ਸਰਕਾਰ ਦੇ ਵਿੱਚ ਕੰਮ ਵੀ ਕਰਾਂਗੇ। ਉਹਦੇ ਵਿੱਚ ਵੀ ਬਿਜਲੀ ਸਮਝੌਤਿਆਂ ਦੀ ਬੜੀ ਵੱਡੀ ਜਿਹੜੀ ਡਿਮਾਂਡ ਵੀ ਹੈਗੀ, ਤਿੰਨ ਚਾਰ ਚੀਜ਼ਾਂ ਜਿਹੜੀਆਂ ਮੇਨ ਹੈਗੀਆਂ, ਕਿਉਂਕਿ ਬੇਅਦਬੀਆਂ ਦਾ ਇਸ਼ੂ ਮੇਨ ਹੈਗਾ ਆ, ਕਿਉਂਕਿ ਜਿਹਨੂੰ ਬਹੁਤ ਕੋਰਟਾਂ ਦੇ ਵਿੱਚ ਉਲਝਾਇਆ ਗਿਆ ਜੀ, ਔਰ ਬਿਜਲੀ ਦੇ ਸਮਝੌਤੇ ਹੈਗੇ ਆ, ਡਰੱਗਸ ਦੇ ਇਸ਼ੂ ਹੈਗੇ ਆ ਡੈਫੀਨੇਟਲੀ, ਅਤੇ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨਾ ਆ ਕਿ ਸਾਨੂੰ ਸਮਰੱਥ ਬਖਸ਼ੀ, ਗੌਰਮੈਂਟ ਦੀ ਫਾਰਮੇਸ਼ਨ ਹੋਈ ਆ, ਕਿਉਂਕਿ ਚੀਫ ਸੈਕਟਰੀ ਆ, ਡੀ ਜੀ ਪੀ ਆ, ਏ ਜੀ ਆ, ਬੇਸਿਕਲੀ 3 ਅਪੁਆਇੰਟਮੈਂਟਸ ਹੈਗੀਆਂ ਜਿਹਦੇ ਨਾਲ ਗਵਰਨਮੈਂਟ ਦੀ ਵਰਕਿੰਗ ਹੁੰਦੀ ਆ। ਸੋ ਉਹਦੇ ਵਿੱਚ ਬੇਸਿਕਲੀ ਮੈਨੂੰ ਲੱਗਦਾ ਇੱਕ ਅੱਧੇ ਦਿਨ ਦੇ ਵਿੱਚ ਵਿੱਚ ਇਹ ਡਿਸੀਜ਼ਨ ਲੈ ਕੇ, ਅਤੇ ਕਿਉਂਕਿ ਇਹ ਵੀ ਜ਼ਰੂਰੀ ਆ, ਲੇਕਿਨ ਗਵਰਨਮੈਂਟ ਦੀ ਵਰਕਿੰਗ ਜਿਹੜੀ ਆ ਉਦੋਂ ਵੀ ਜ਼ਰੂਰੀ ਆ, ਕਿਉਂਕਿ ਲੋਕਾਂ ਨੂੰ ਕੰਮ ਪਿਆਰਾ ਆ, ਚੰਮ ਪਿਆਰਾ ਨਹੀਂ ਹੈਗਾ। ਸੋ ਵੀ ਆਰ ਵੈਲ ਅਵੇਅਰ, ਔਰ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਇਸ ਗੱਡੀ ਨੂੰ ਲਾਈਨ 'ਤੇ ਲਿਆ ਕੇ ਅਤੇ ਆਉਣ ਵਾਲੇ 90 ਦਿਨਾਂ ਦੇ ਵਿੱਚ ਤੁਸੀਂ ਬਦਲਾਅ ਜ਼ਰੂਰ ਦੇਖੋ। ਪੋਲੀਟਿਕਸ ਨਹੀਂ ਹੋਣੀ ਚਾਹੀਦੀ, ਪਰ ਜਦੋਂ ਚੰਨੀ ਸਾਹਿਬ ਨੂੰ ਲਗਾਇਆ ਗਿਆ ਮੁੱਖ ਮੰਤਰੀ, ਅਤੇ ਜਾਖੜ ਸਾਹਿਬ ਨੇ ਵੀ ਇਹ ਸਵਾਲ ਚੁੱਕੇ ਕਿ ਜਥੇਦਾਰ ਸਾਹਿਬ ਨੂੰ ਕੋਟ ਕਰਦਿਆਂ ਉਹਨਾਂ ਕਿਹਾ ਕਿ ਹਿੰਦੂ ਨੂੰ ਕਿਸੇ ਨੂੰ ਨਾ ਬਣਾਉਣਾ, ਰਿਜ਼ੈਂਟਮੈਂਟ ਜਿਹੜੀ ਕਿਤੇ ਨਾ ਕਿਤੇ ਮੀਡੀਆ ਸ਼ੋਅ ਕੀਤੀ। ਮੈਨੂੰ ਨਹੀਂ ਲੱਗਦਾ, ਦੇਖੋ ਅਸੀਂ ਕਦੀ ਕਦੀ ਨਾ, ਜੋ 1469 ਦੇ ਵਿੱਚ ਹਾਲਤ ਸੀ, ਕਈ ਵਾਰੀ ਅਸੀਂ ਮਾਨਸਿਕ ਤੌਰ 'ਤੇ ਉੱਦਾਂ ਦੀਆਂ ਗੱਲਾਂ ਕਰਦੇ ਹਾਂ, ਅੱਜ 550 ਸਾਲ ਬਾਅਦ ਸਾਨੂੰ ਉਹਦੇ ਤੋਂ ਉੱਠਣ ਦੀ ਜ਼ਰੂਰਤ ਹੈਗੀ ਆ, ਕਿਉਂਕਿ ਇਹ ਜਿਹੜੀ ਧਰਤੀ ਆ, ਇਹ ਗੁਰੂਆਂ ਪੀਰਾਂ ਦੀ ਧਰਤੀ ਆ, ਇੱਥੇ ਇਨਸਾਨੀਅਤ ਦੀ ਗੱਲ ਹੋਈ ਆ, ਉਹਦੇ ਵਿੱਚ ਜਿਹੜਾ ਇਨਸਾਨ ਚੰਗਾ, ਜਿਹੜਾ ਇੰਟੈਲੀਜੈਂਟ ਬੰਦਾ, ਜਿਹੜਾ ਉਸ ਸਿਸਟਮ ਨੂੰ ਅੱਗੇ ਲੈ ਕੇ ਵੱਧ ਸਕਦਾ, ਅਲਟੀਮੇਟ ਆਈਡੀਆ ਤਾਂ ਇਹ ਆ ਕਿ ਪੰਜਾਬ ਅੱਗੇ ਵਧੇ, ਪੰਜਾਬੀਅਤ ਅੱਗੇ ਵਧੇ, ਅਤੇ ਸਾਡੇ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਚੰਗੇ ਪਾਸੇ ਨੂੰ ਲੱਗੇ। ਗੱਲ ਤਾਂ ਇੰਨੀ ਹੈ, ਨਵਜੋਤ ਸਿੰਘ ਸਿੱਧੂ ਦੀ ਲੀਡਰਸ਼ਿਪ ਦੇ ਅੰਡਰ ਇਲੈਕਸ਼ਨ ਲੜੇ ਜਾਂਦੇ ਨੇ ਤਾਂ ਡਬਲ ਡਿਜਿਟ ਤੋਂ ਵੀ ਜਿਹੜੀ ਕਾਂਗਰਸ ਅੱਗੇ ਨਹੀਂ ਜਾ ਸਕਦੀ, ਕੀ ਕਹੋਗੇ? ਚਲੋ ਉਹਨਾਂ ਦਾ ਆਪਣਾ ਤਜਰਬਾ ਹੈਗਾ ਜ਼ਿੰਦਗੀ ਦਾ, ਹਰ ਬੰਦਾ ਹਰ ਇਨਸਾਨ ਆਪਣੀ ਇੱਕ ਕਿਸਮਤ ਲਿਖਾ ਕੇ ਲਿਆ ਆ। ਬੰਦਾ ਜੇ ਬੰਦੇ ਨੂੰ ਕੁਛ ਨਾ ਵੰਡ ਦੇਣਾ ਚਾਹੁੰਦਾ ਹੋਵੇ, ਸ਼ਾਇਦ ਮੇਰਾ ਖਿਆਲ ਹੈ ਵੀ ਦੂਸਰੇ ਬੰਦੇ ਨੂੰ ਈਵਨ ਕਿ ਦੋ ਟਾਈਮ ਦੀ ਰੋਟੀ ਵੀ ਨਾ ਨਸੀਬ ਹੋਵੇ। ਸੋ ਇਸ ਕਰਕੇ ਇੱਦਾਂ ਦੀਆਂ ਗੱਲਾਂ ਮੈਨੂੰ ਲੱਗਦਾ ਸੋਭਾ ਨਹੀਂ ਦਿੰਦੀਆਂ, ਔਰ ਇਹਨਾਂ ਗੱਲਾਂ ਦਾ ਮੈਨੂੰ ਨਹੀਂ ਲੱਗਦਾ, ਕਿਉਂਕਿ ਸਾਡੇ ਬਹੁਤ ਵੱਡੇ ਲੀਡਰ ਹੈਗੇ ਆ, ਰਹੇ ਆ, ਲੇਕਿਨ ਸਮਾਂ ਹੁੰਦਾ, ਅਸੀਂ ਸਮੇਂ ਨੂੰ ਜਦੋਂ ਭਾਂਪਦੇ ਨਹੀਂ ਹੈ, ਅਸੀਂ ਸਮੇਂ ਨੂੰ ਅੱਗੇ ਨਹੀਂ ਤੋਰਦੇ, ਤਾਂ ਫਿਰ ਉਹ ਸਮਾਂ ਹੌਲੀ ਹੌਲੀ ਤੁਹਾਡੇ ਤੋਂ ਭਰਾ ਹੋਣ ਲੱਗ ਪੈਂਦਾ। ਸੋ ਮੈਨੂੰ ਨਹੀਂ ਲੱਗਦਾ ਇੱਦਾਂ ਦੀ ਕੋਈ ਗੱਲ ਸਾਨੂੰ ਕਰਨੀ ਚਾਹੀਦੀ, ਇਹ ਛੋਟੀਆਂ ਗੱਲਾਂ ਹੈਗੀਆਂ। ਮੈਨੂੰ ਨਹੀਂ ਲੱਗਦਾ ਇੱਦਾਂ ਦੀ ਕੋਈ ਗੱਲ ਸਾਨੂੰ, ਪਾਰਟੀ ਪੋਲਿਟਿਕਸ ਤਾਂ ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੈ, ਮੈਨੂੰ ਨਹੀਂ ਲੱਗਦਾ ਇੱਦਾਂ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ। ਮੇਨ ਇਸ਼ੂਜ਼ ਹੈਗੇ ਆ, ਵੱਡੇ ਇਸ਼ੂਜ਼ ਹੈ, ਪੰਜਾਬ ਕਿੱਧਰ ਨੂੰ ਜਾ ਰਿਹਾ ਅਤੇ ਇਹਦੀ ਦਿਸ਼ਾ ਡਾਇਰੈਕਸ਼ਨ ਜਿਹੜੀ ਆ ਉਹ ਕਿੱਧਰ ਨੂੰ ਹੋਣੀ ਚਾਹੀਦੀ ਆ, ਕਿਉਂਕਿ 3 ਲੱਖ ਕਰੋੜ ਦਾ ਕਰਜ਼ਾ ਜਦੋਂ ਇਸ ਸਰਕਾਰ ਨੇ, ਜਦੋਂ ਇਹਦਾ ਕਾਰਜਕਾਲ ਪੂਰਾ ਹੋਣਾ, ਅਤੇ 3 ਲੱਖ ਕਰੋੜ ਦਾ ਕਰਜ਼ਾ ਹੋਣਾ ਇਹਦੇ 'ਤੇ, ਔਰ 3 ਲੱਖ ਕਰੋੜ ਦਾ ਕਰਜ਼ਾ ਪੰਜਾਬ ਸਰਕਾਰ 'ਤੇ ਨਹੀਂ ਆ, ਪੰਜਾਬ ਦੇ ਲੋਕਾਂ 'ਤੇ ਆ।
ਸੋ ਇਸ ਕਰਕੇ ਇਹਨੂੰ ਕਿੱਧਰ ਨੂੰ ਲੈ ਕੇ ਜਾਣਾ, ਕਿੱਦਾਂ ਰੈਵੀਨਿਊ ਜਨਰੇਟ ਹੋਣੇ ਆ, ਕਿੱਦਾਂ ਸਾਡੀ ਐਜੂਕੇਸ਼ਨ ਸਿਸਟਮ ਨੂੰ ਠੀਕ ਕਰਨ ਦੀ ਜ਼ਰੂਰਤ ਹੈਗੀ ਆ, ਕਿੱਦਾਂ ਸਾਡੇ ਹੈਲਥ ਸਿਸਟਮ ਨੂੰ ਠੀਕ ਕਰਨ ਦੀ ਜ਼ਰੂਰਤ ਹੈਗੀ ਆ, ਸਾਡੀ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈਗੀ ਆ, ਅੱਜ ਕਿਸਾਨੀ ਦੀ ਪ੍ਰੋਬਲਮ ਹੈਗੀ ਆ, ਦੇਰ ਆਰ ਨੰਬਰ ਆਫ ਪ੍ਰੋਬਲਮਸ ਐਂਡ 90 ਦਿਨ ਆ। ਪਰ ਮੈਨੂੰ ਤਾਂ ਇਹ ਆ ਵੀ ਖਿਡਾਰੀ ਹੋਣ ਕਰਕੇ ਮੈਨੂੰ ਇਹ ਲੱਗਦਾ ਹੁੰਦਾ ਜਿਹੜੇ ਲਾਸਟ 10 ਮਿੰਟ ਹੁੰਦੇ ਆ ਖੇਡਣ ਵਾਲੇ ਤਾਂ ਉਹ ਫਿਜ਼ੀਕਲ ਹੈ ਸਾਰਾ ਕੁਝ, ਬਿਲਕੁਲ ਹੈਗਾ। ਮੈਂ ਤਾਂ ਕਹਿੰਦਾ ਹਿੰਦੂ ਵੀ ਕਰ ਸਕਦਾ, ਮੈਂ ਤਾਂ ਕਹਿੰਦਾ ਕੋਈ ਵੀ ਇਨਸਾਨ ਹੋਵੇ ਇਨਸਾਨ ਕਰ ਸਕਦਾ, ਉਹਦੀ ਕਪੈਸਿਟੀ ਜਿਹੜੀ ਆ ਉਹ ਹੋਣੀ ਚਾਹੀਦੀ ਆ ਕਪੈਸਿਟੀ, ਕਿਉਂਕਿ ਉਸ ਲੈਵਲ 'ਤੇ ਜਦੋਂ ਜਾ ਕੇ ਡਿਸੀਜ਼ਨ ਹੁੰਦੇ ਆ, ਕਿਉਂਕਿ ਅਸੀਂ ਮੈਂ ਤਾਂ ਇਸ ਗੱਲ ਦੀ ਹਾਮੀ ਨਹੀਂ ਭਰਦਾ ਕਿ ਕਿਸੇ ਜਾਤ ਪਾਤ 'ਤੇ ਆਧਾਰਿਤ ਜਿਹੜੀ ਆ ਪੋਲੀਟਿਕਸ ਹੋਣੀ ਚਾਹੀਦੀ ਆ, ਕਿਉਂਕਿ ਦੁਨੀਆ ਤਾਂ ਬਹੁਤ ਹੋਰ ਪਾਸੇ ਚਲੇ ਗਈ, ਦੁਨੀਆ ਤਾਂ ਚੰਦ ਸੂਰਜ ਵੱਲ ਨੂੰ ਤੁਰੀ ਜਾਂਦੀ ਹੈਗੀ ਆ, ਅਤੇ ਅਸੀਂ ਹਜੇ ਉੱਥੇ ਘੁੰਮੀ ਜਾਂਦੇ ਹਾਂ। ਇਹ ਇਸ ਕਰਕੇ ਘੁੰਮਦੇ ਵੀ ਅਸੀਂ ਜਿਹੜੇ ਅਸਲੀ ਇਸ਼ੂਜ਼ ਹੈ ਉਹਨੂੰ ਡਾਇਵਰਟ ਕਰਨਾ ਚਾਹੁੰਦੇ ਹਾਂ, ਸਾਡੇ ਪੋਲੀਟੀਸ਼ੀਅਨ ਡਾਇਵਰਟ ਕਰਨਾ ਚਾਹੁੰਦੇ ਹੁੰਦੇ ਆ। ਮੈਂ ਤੁਹਾਡੇ ਰਾਹੀਂ ਵੀ ਮੀਡੀਆ ਨੂੰ ਵੀ ਰਿਕੁਐਸਟ ਕਰੂੰਗਾ ਕਿ ਤੁਸੀਂ ਵੀ ਇਸ਼ੂ ਬੇਸ ਗੱਲ ਕਰੀਏ। ਆਪਾਂ ਕਈ ਵਾਰੀ ਸਾਰੀ ਦਿਹਾੜੀ ਵੀ ਸਿੱਧੂ ਨੇ ਆਹ ਕਹਿਤਾ, ਕੈਪਟਨ ਅਮਰਿੰਦਰ ਸਿੰਘ ਨੇ ਆਹ ਕਹਿਤਾ, ਇਹਨਾਂ 'ਤੇ ਗੱਲਾਂ 'ਤੇ ਘੱਟ ਧਿਆਨ ਦਵਾਓ, ਧਿਆਨ ਦਵਾਓ ਵੀ ਪੰਜਾਬ ਲਈ ਅਸੀਂ ਕਰਨਾ। ਸੋਚ ਸਾਨੂੰ ਸਾਰਥਿਕ ਅਪਣਾਉਣੀ ਚਾਹੀਦੀ ਹੈ। ਮੈਂ ਤਾਂ ਹਮੇਸ਼ਾ ਅਕਰੋਸ ਦਾ ਪਾਰਟੀ ਲਾਈਨ ਗੱਲ ਕਰਦਾ ਹੁੰਦਾ, ਪੰਜਾਬ ਕੀ ਸੀ ਅੱਜ ਕਿੱਥੇ ਪਹੁੰਚ ਗਿਆ, ਇਹਦਾ ਮਤਲਬ ਕਿਤੇ ਤਾਂ ਡਰੋਬੈਕ ਹੈਗੇ ਆ। ਔਰ ਪਾਰਟੀਆਂ ਦੇ ਵਿੱਚ ਜਿਹੜੀ ਇੰਟਰਨਲ ਡੈਮੋਕ੍ਰੇਸੀ ਆ ਉਹਨੂੰ ਸਟਰੈਂਥਨ ਕਰਨ ਦੀ ਜ਼ਰੂਰਤ ਹੈ। ਜਦੋਂ ਉਹ ਕਿਤੇ ਨਾ ਕਿਤੇ ਡਾਇਲਿਊਟ ਹੋਈ ਆ, ਉਹਦੇ ਨਾਲ ਬਹੁਤ ਵੱਡੇ ਖਲਾਅ ਪੈਦਾ ਹੋਏ ਆ ਪੋਲੀਟੀਕਲ ਸਿਸਟਮ 'ਚ। ਮੈਨੂੰ ਜਿੰਨੀ ਕੁ ਗੱਲ ਸਮਝ ਆਈ ਆ ਉਹ ਇਹ ਹੈ ਕਿ ਡਿਸਕਸ਼ਨ ਹੋਣੋਂ ਹਟ ਗਈ। ਇੱਕ ਬੰਦੇ ਨੂੰ ਡੈਮੀਗੋਡ ਬਣਾ ਦਿੱਤਾ ਜਾਂਦਾ, ਜਿਹੜਾ ਵੀ ਚੀਫ ਮਿਨਿਸਟਰ ਬਣਦਾ ਆਲੇ ਦੁਆਲੇ ਜਮਾਵੜਾ ਇਕੱਠਾ ਹੋ ਜਾਂਦਾ, ਕਿਉਂਕਿ ਬੰਦਾ ਤਾਂ ਬੰਦਾ ਹੀ ਆ। ਅਤੇ ਉਹਦੇ ਤੋਂ ਬਾਅਦ ਫਿਰ ਇਹ ਕਿਹਾ ਜਾਂਦਾ ਵੀ ਨਾ ਤੁਹਾਡੇ ਵਰਗਾ ਪੈਦਾ ਹੋਇਆ ਨਾ ਹੋਣਾ ਹੀ ਆ। ਲੇਕਿਨ ਮੈਨੂੰ ਇਹ ਲੱਗਦਾ ਹੁੰਦਾ ਵੀ ਇਹ ਕੁਲੈਕਟਿਵ ਡਿਸੀਜ਼ਨਸ, ਡਿਸਕਸ਼ਨ ਵਾਲੇ ਡਿਸੀਜ਼ਨਸ, ਕਿਉਂਕਿ ਹਰ ਬੰਦੇ ਦਾ ਜ਼ਿੰਦਗੀ ਦਾ ਆਪਣਾ ਤਜਰਬਾ, ਅਤੇ ਉਹਦੇ ਵਿੱਚੋਂ ਡੈਮੋਕ੍ਰੇਸੀ ਜਿਹੜੀ ਨਿਕਲੇ ਅਤੇ ਉਹ ਬੈਟਰ ਡੈਮੋਕ੍ਰੇਸੀ ਹੁੰਦੀ ਆ, ਉਹਦੀ ਲੜਾਈ ਹੈਗੀ ਆ। ਕਿਉਂਕਿ ਮੈਂ ਤਾਂ ਖੇਡਾਂ ਦੀ ਦੁਨੀਆ ਤੋਂ ਵੀ ਹਾਂ, ਇਸ ਕਰਕੇ ਇਹਨੂੰ ਜਾਤ ਦੇ ਨਾਲ, ਧਰਮ ਦੇ ਨਾਲ ਇੱਧਰ ਨੂੰ ਤੋਰਨਾ ਮੇਰਾ ਖਿਆਲ ਹੈ ਪੰਜਾਬ ਲਈ ਕੋਈ ਬਹੁਤੀ ਚੰਗੀ ਨਹੀਂ, ਕਿਉਂਕਿ ਇਹ ਗੁਰੂ ਨਾਨਕ ਦੀ ਧਰਤੀ ਆ ਜਿੱਥੇ ਫਿਲੋਸਫੀ ਜਿਹੜੀ ਇਨਸਾਨੀਅਤ ਦੀ ਪੈਦਾ ਹੋਈ ਆ, ਔਰ ਉਹਨੂੰ ਸਾਨੂੰ ਗਾਂਹ ਤੋਰਦੇ ਹੋਏ ਜਿਹੜੇ ਕੰਮ ਕਰਨ ਦੀ ਆਦਤ ਪਾਉਣੀ ਚਾਹੀਦੀ ਆ। ਕਿਉਂਕਿ ਜਿਹੜੀਆਂ ਬਹੁਤੀਆਂ ਜਿਹੜੀ ਖਾਸ ਕਰਕੇ ਪਰਸਨੈਲਿਟੀ ਬੇਸ ਡੈਮੋਕ੍ਰੇਸੀ ਆ, ਸਾਡੇ ਕੰਟਰੀ ਲਈ ਬਹੁਤੀ ਚੰਗੀ ਨਹੀਂ ਹੈ। ਸੋ ਮੈਂ ਤਾਂ ਉਹਦੇ 'ਤੇ ਪਹਿਰਾ ਦਿੰਦਾ ਹੁੰਦਾ, ਉਹਦੇ 'ਤੇ ਪਹਿਲਾਂ ਅੰਦਰ ਬਹਿ ਕੇ ਕਹਿ ਲਈਦਾ, ਫਿਰ ਜੇ ਨਾ ਕੋਈ ਸੁਣੇ ਚਿੱਠੀ ਚੁੱਠੀ ਲਿਖ ਲਈ ਦੀ ਹੁੰਦੀ ਆ, ਅਤੇ ਜੇ ਨਹੀਂ ਫਿਰ ਵੀ ਨਹੀਂ ਸੁਣਦਾ ਫਿਰ ਪਬਲਿਕ ਪਲੈਟ